ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਕ ਪਰਪਸ ਕਾਫੀ ਦਿਨਾਂ ਤੋਂ ਮੈਂ ਰੁਕਿਆ ਹੋਇਆ ਸੀ ਸਾਡੀ ਇਹ ਵੀਡੀਓ ਉਹਦੇ ਲਈ ਲਾਈਵ ਹੋਏ ਆ। ਆ ਜਾ ਪੁੱਤ, ਸਤਿ ਸ਼੍ਰੀ ਅਕਾਲ ਕਰਦੇ, ਸ਼ਾਬਾਸ਼, ਆ ਜਾ ਇੱਥੇ। ਅਤੇ ਇਹ ਵੀਰ ਜਿਹੜਾ ਸਾਡੇ ਕੋਲ ਮੂਹਰੇ ਆ ਚੇਅਰ 'ਤੇ ਬੈਠਾ ਵਾ, ਤੁਸੀਂ ਦੇਖ ਰਹੇ ਹੋ, ਇਹ ਵੀਰ ਸਾਡੇ ਕੋਲ 3 ਮਾਰਚ ਨੂੰ ਆਇਆ ਸੀਗਾ। ਅਤੇ ਇਹਦੀ ਹਾਲਤ ਜਦੋਂ ਆਇਆ ਸੀ ਸਾਡੇ ਕੋਲ ਬਹੁਤ ਹੀ ਮਾੜੀ ਸੀ, ਗੰਭੀਰ ਸੀਗੀ। ਆ ਤੁਸੀਂ ਦੇਖ ਸਕਦੇ ਹੋ, ਇਹ ਇਸ ਹਾਲਤ ਦੇ ਵਿੱਚ ਲੜ ਤੋਂ ਪਿੰਡ ਦੇ ਬੱਸ ਅੱਡੇ 'ਤੇ ਬੈਠਾ ਸੀਗਾ ਅਤੇ ਇਹ ਉੱਥੋਂ ਦੀਆਂ ਫੋਟੋਆਂ। ਉਸ ਤੋਂ ਬਾਅਦ ਜਦੋਂ ਇਹ ਸਾਡੇ ਕੋਲ ਆਇਆ ਤਾਂ ਇੱਦਾਂ ਦੇ ਹਾਲਾਤ ਸੀ, ਇਹਦੇ ਪੈਰਾਂ ਦੇ ਉੱਪਰ ਜਿਹੜੇ ਸੱਟਾਂ ਲੱਗੀਆਂ ਹੋਈਆਂ ਸੀ ਕਾਫੀ ਜ਼ਿਆਦਾ, ਸਰੀਰਕ ਤੌਰ 'ਤੇ ਇਹ ਤੋਂ ਤੁਰ ਵੀ ਨਹੀਂ ਹੋ ਰਿਹਾ ਸੀਗਾ ਅਤੇ ਦਿਖਾਈ ਬਿਲਕੁਲ ਹੀ ਘੱਟ ਦਿੰਦਾ ਸੀ ਇਹਨੂੰ। ਇਹ ਸਾਨੂੰ ਪਹਿਲਾਂ ਮੋਗਾ ਰੋਡ ਦੇ ਉੱਪਰ ਵੀ ਮਿਲਿਆ ਸੀ 2 ਦਿਨ ਪਹਿਲਾਂ, ਪਰ ਅਸੀਂ ਉੱਥੇ ਦਾ ਸੋਚਿਆ ਵੀ ਸ਼ਾਇਦ ਪਰਿਵਾਰ ਕੋਈ ਮੈਂਬਰ ਹੋਵੇ, ਅਸੀਂ ਇਹਨੂੰ ਜਗਰਾਉਂ ਛੱਡਤਾ ਸੀ। ਜਗਰਾਉਂ ਤੋਂ ਮੋਗਾ ਰੋਡ 'ਤੇ ਸਾਨੂੰ ਮਿਲਿਆ ਸੀ ਇਹ। ਉਸ ਤੋਂ ਬਾਅਦ ਕਿਸਮਤ ਵੀ 3 ਮਾਰਚ ਨੂੰ ਸਾਨੂੰ ਦੁਬਾਰਾ ਲੜ ਤੋਂ ਪਿੰਡ ਤੋਂ ਆ ਵੀਰ ਖੜ੍ਹਾ ਵਾ ਗੁਣੀ ਲੜ ਤੋਂ, ਅਤੇ ਇਹ ਵੀਰ ਨੇ ਸਾਨੂੰ ਫੋਟੋਆਂ ਭੇਜੀਆਂ। ਤਾਂ ਜਿਵੇਂ ਕਿ ਤੁਸੀਂ ਸਾਰੇ ਵੀਰ ਜਾਣਦੇ ਹੋ ਕਿ ਸਾਡਾ ਭਰਾ ਵੀਰਿੰਦਰ ਗਰੇਵਾਲ ਜਿਹਦੀ 16 ਮਾਰਚ ਨੂੰ ਉਹਦੇ ਕਾਰਨ ਅਸੀਂ ਇਸ ਵੀਰ ਦੀਆਂ ਵੀਡੀਓ ਵਗੈਰਾ ਜਾਂ ਫੋਟੋ ਉਸ ਟਾਈਮ ਲਾਈਵ ਨਹੀਂ ਪਾ ਸਕੇ ਸੀਗੇ, ਕਿਉਂਕਿ ਹਾਲਾਤ ਹੀ ਇੱਦਾਂ ਦੇ ਸੀਗੇ ਵੀ ਅਸੀਂ ਇਹ ਚੀਜ਼ਾਂ ਉਸ ਟਾਈਮ ਕਰ ਨਹੀਂ ਸਕੇ। ਅਤੇ ਅੱਜ ਅਸੀਂ ਇਹ ਵੀਡੀਓ ਪਾਉਣ ਲੱਗੇ। ਇਹ ਵੀਰ ਦੇ ਹਾਲਾਤ ਇੰਨੇ ਮਾੜੇ ਸੀਗੇ ਉਸ ਟਾਈਮ, ਤੁਹਾਨੂੰ ਮੈਂ ਫੋਟੋਆਂ ਦਿਖਾਈਆਂ, ਦੇਖੋ ਇਹਦੇ ਕੰਨ ਬਿਲਕੁਲ ਹੀ ਹੈ ਨਹੀਂ, ਜੜਾਂ ਦੇ ਵਿੱਚੋਂ ਹੀ ਖਤਮ ਹੋਏ ਹੋਏ ਆ ਕੰਨ, ਸ਼ੁਰੂ ਤੋਂ ਬਚਪਨ ਤੋਂ ਹੀ ਜਾਣੀ ਕਿ ਹੈ ਨਹੀਂ ਗੇ, ਅਤੇ ਨਾ ਇਹ ਬੋਲ ਸਕਦਾ ਵਾ ਵੀਰ, ਅਤੇ ਇਹਨੂੰ ਦਿਖਾਈ ਵੀ ਘੱਟ ਦਿੰਦਾ ਵਾ ਵੀਰ ਨੂੰ, ਇਹਨੂੰ ਕਾਫੀ ਜ਼ਿਆਦਾ, ਇਹਨੂੰ ਹੁਣ ਡਾਕਟਰ ਨੂੰ ਚੈੱਕ ਕਰਾਇਆ, ਦੋਨਾਂ ਅੱਖਾਂ ਦੇ ਵਿੱਚ ਇਹਦੇ ਚਿੱਟਾ ਮੋਤੀਆ ਵਾ, ਉਹਦਾ ਆਪਰੇਸ਼ਨ ਹੋਣਾ ਵਾ ਵੀਰ ਦਾ। ਅਤੇ ਇਹ ਜਿੰਨਾ ਕੁ ਹੁਣ ਸਾਨੂੰ ਸਮਝ 'ਚ ਆਈ ਹੈ, ਇੱਕ ਟੇਲਰ ਆ, ਟੇਲਰ ਮਾਸਟਰ ਆ, ਇਹਨੇ ਸਾਨੂੰ ਇਸ਼ਾਰੇ ਮਾਰਦਾ ਸੀ ਇੱਦਾਂ ਹੱਥਾਂ ਨਾਲ ਵੀ, ਮੈਂ ਇਹਦੇ ਬੈਗ ਦੇ ਵਿੱਚੋਂ ਅਣਸੀਤੇ ਹੋਏ ਕੱਪੜੇ 2-3 ਸੂਟ ਨਿਕਲੇ, ਅਸੀਂ ਸੋਚਿਆ ਵੀ ਸ਼ਾਇਦ ਕਿਸੇ ਨੇ ਸਿਉਣ ਲਈ ਇਹਨੂੰ ਦਿੱਤੇ ਹੋਣ, ਵੀ ਇਹ ਸਿਲਾਈ ਮਾਰਨ ਲਈ ਕਹਿ ਰਿਹਾ ਵੀ ਮੈਂ ਸਿਲਾ ਕੇ ਦੇ ਦਿਉ, ਅਸੀਂ ਸਿਲਾਣੇ ਦੇ ਤੇ ਉਹ। ਪਰ ਹੁਣ ਇੱਕ ਸਕੂਲ ਆ ਸਾਡੇ ਇੱਥੇ, ਵਰਦਾਨ ਸਕੂਲ ਆ, ਉਹ ਚਲਾਉਂਦੇ ਆ ਜਿਵੇਂ ਬਲਾਈਂਡ ਬੱਚੇ ਜਾਂ ਡਿਸੇਬਲ ਬੱਚਿਆਂ ਨੂੰ ਪੜ੍ਹਾਉਣ ਲਈ, ਅਸੀਂ ਇੱਕ ਦਿਨ ਵੀਰ ਨੂੰ ਉੱਥੇ ਲੈ ਗਏ, ਸਾਡੇ 4 ਬੱਚੇ ਹੁਣ ਉੱਥੇ ਪੜ੍ਹਾਈ ਲਈ ਜਾਂਦੇ ਆ, ਤਾਂ ਉਹਨਾਂ ਨੇ ਇਹਨਾਂ ਨੂੰ ਸਿਲਾਈ ਮਸ਼ੀਨ 'ਤੇ ਬਿਠਾਇਆ ਤਾਂ ਇਹ ਸਿਲਾਈ ਕਰਨ ਲੱਗ ਗਏ, ਪਰ ਇਹਨਾਂ ਦੀ ਨਿਗਾਹ ਬਿਲਕੁਲ ਹੀ ਹੈ ਨਹੀਂ, ਘੱਟ ਗਈ ਕਰਕੇ ਇਹ ਸਿਲਾਈ ਪ੍ਰੋਪਰ ਕਰ ਨਹੀਂ ਸਕੇ। ਜਿੱਥੋਂ ਤੱਕ ਸਾਡਾ ਅੰਦਾਜ਼ਾ ਵੀ ਇਹ ਵਧੀਆ ਟੇਲਰ ਸੀਗਾ, ਪਰ ਇਹਦੀ ਨਿਗਾਹ ਕਮਜ਼ੋਰ ਹੋਣ ਕਰਕੇ ਇਹਨੂੰ ਉੱਥੋਂ ਕੰਮ ਤੋਂ ਕੱਢ ਦਿੱਤਾ ਗਿਆ। ਜਿਸ ਦਿਨ ਇਹ ਸਾਨੂੰ ਮਿਲਿਆ ਇਹਦੇ ਕੋਲੋਂ ਬ੍ਰੱਸ਼, ਕੰਘੀ, ਕੋਲਗੇਟ, ਸਾਰਾ ਸਮਾਨ ਇਹਦੇ ਕੋਲ, ਤੇਲ ਵਗੈਰਾ ਸਾਰਾ ਕੁਛ, ਸਾਬਣ ਸੁਬਣ, ਕੱਪੜੇ ਪੂਰੇ ਵਧੀਆ ਸੀਗੇ, ਪਰ ਇਹਦੇ ਹਾਲਾਤ ਇੰਨੇ ਮਾੜੇ ਸੀਗੇ, ਕਈ ਦਿਨਾਂ ਤੋਂ ਇਹ ਸੜਕਾਂ 'ਤੇ ਭਟਕ ਰਿਹਾ ਸੀਗਾ, ਬਹੁਤ ਗੰਦੇ ਕੱਪੜੇ ਪਾਏ ਸੀ। ਅਤੇ ਆ ਗੁਣੀ ਵੀਰ ਨੇ ਇਹਨੂੰ, ਚਲੋ ਗੁਰੂ ਮਹਾਰਾਜ ਨੇ ਕਿਰਪਾ ਕਰੀ, ਉਪਰਾਲਾ ਇਸ ਵੀਰ ਨੇ ਕੀਤਾ ਵੀ ਇਹਨੇ ਇਹਨੂੰ ਪਛਾਣਿਆ, ਇਹਨੂੰ ਆਪਣੇ ਘਰ ਲੈ ਕੇ ਗਿਆ, ਵੀ ਇਹ ਲੋੜਵੰਦ ਦਾ ਬੰਦਾ ਲੜ ਤੋਂ ਪਿੰਡ 'ਚ, ਇਹਨੇ ਘਰੇ ਰੱਖਿਆ ਇਹਨੂੰ 2 ਦਿਨ, ਸਾਨੂੰ ਫੋਟੋਆਂ ਸੈਂਡ ਕੀਤੀਆਂ ਸਾਡੇ ਉਸ ਟਾਈਮ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬੜਾ ਦੁਖਦਾਈ ਸਮਾਂ ਸੀਗਾ ਵੀ ਵੀਰ ਦੇ, ਸਾਡੇ ਭਰਾ ਦੀ, ਛੋਟੇ ਦੀ ਜਿਹੜੀ ਕਿ ਅਚਾਨਕ ਡੈਥ ਹੋ ਗਈ, ਉਹਦੇ ਕਰਕੇ ਅਸੀਂ ਸਾਰੇ ਉੱਧਰ ਨੂੰ ਉਲਝੇ ਹੋਏ ਸੀਗੇ। ਅਤੇ ਪਰ ਅਸੀਂ ਉਸ ਟਾਈਮ ਵੀਰ ਨੂੰ ਲੋਕਾਂ ਦੇ ਸਾਹਮਣੇ ਸਾਰੇ ਭੈਣਾਂ ਭਰਾਵਾਂ ਦੇ ਰੂਪ ਨਹੀਂ ਕਰਾ ਨਹੀਂ ਸਕਦੇ ਸੀਗੇ ਵੀ ਅਸੀਂ ਇਹਦੇ ਵੀਡੀਓ ਪਾਈਏ, ਕਿਉਂਕਿ ਸਾਡਾ ਭਰਾ ਵੀਰਿੰਦਰ ਗਰੇਵਾਲ ਜਿਹਦਾ ਇਹ ਸੁਪਨਾ ਸਾਡੇ ਨਾਲ ਅਸੀਂ ਸਾਰਿਆਂ ਨੇ ਇਕੱਠਿਆਂ ਨੇ ਰਲ ਕੇ ਲਿਆ ਸੀ, ਉਹਦਾ ਇਹ ਸੁਪਨਾ ਪੂਰਾ ਕਰਨ ਦੀ ਖਾਤਰ ਅਸੀਂ ਹੁਣ ਵੀ ਨੂੰ ਉਸੇ ਤਰ੍ਹਾਂ ਹੀ ਖੜ੍ਹੇ ਹਾਂ, ਚਟਾਨ ਵਾਂਗ ਉਸੇ ਸੁਪਨੇ ਨੂੰ ਪੂਰਾ ਕਰਨ ਦੀ ਖਾਤਰ ਅਸੀਂ ਅੱਜ ਸਾਰੇ ਟੀਮ ਮੈਂਬਰ ਸਾਡੇ ਨਾਲ ਬਾਪੂ ਜੀ ਖੜ੍ਹੇ ਨੇ, ਰੁਪਿੰਦਰ ਸਿੰਘ ਗਰੇਵਾਲ, ਵੀਰਿੰਦਰ ਗਰੇਵਾਲ ਦੇ ਫਾਦਰ ਸਾਹਿਬ, ਅਤੇ ਸਾਡੇ ਭਰਾ ਵੀਰਿੰਦਰ ਗਰੇਵਾਲ ਦਾ ਬੇਟਾ ਪ੍ਰੀਤਿੰਦਰ ਗਰੇਵਾਲ ਸਾਡੇ ਨਾਲ ਖੜ੍ਹਾ, ਇਹ ਵੀ ਸਾਡਾ ਭਰਾ, ਛੋਟਾ ਭਰਾ ਜਾਣੀ ਕਿ ਟੀਮ ਮੈਂਬਰ ਬਣ ਚੱਲਿਆ, ਵੀ ਵੱਡਾ ਹੋ ਚੱਲਿਆ, ਇਹਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਹੁਣ ਬਾਪੂ ਵਾਲੀਆਂ। ਅਤੇ ਗੁਰੂ ਮਹਾਰਾਜ ਕਿਰਪਾ ਕਰੇ ਪਰਿਵਾਰ 'ਤੇ, ਸਾਡੇ ਭਰਾ ਦੇ ਉੱਤੇ ਵੀ ਆਤਮਾ ਨੂੰ ਉਹਦੀ ਸ਼ਾਂਤੀ ਮਿਲੇ, ਅਤੇ ਬੱਚਿਆਂ ਦੇ ਸਿਰ ਪਰ ਮਿਹਰ ਭਰੇ ਹੱਥ ਰੱਖੇ ਗੁਰੂ ਮਹਾਰਾਜ, ਕਿਰਪਾ ਕਰਨ ਵੀ ਇਹ ਉੱਦਾਂ ਹੀ ਜਿਵੇਂ ਸੇਵਾ ਕਰਦਾ ਸੀ ਉੱਦਾਂ ਹੀ ਸੇਵਾ ਕਰਦਾ ਰਹੇ, ਕਰਨ ਵਾਲੀ ਸੋਚ ਰੱਖ ਬਣਾਵੇ ਆਪਦੀ। ਅਤੇ ਅਸੀਂ ਅੱਗੇ ਵੀ ਵੀਰਾਂ ਨੇ 1-2 ਨੇ ਇਤਰਾਜ਼ ਉਠਾਇਆ ਸੀ ਵੀ ਤੁਸੀਂ ਫੋਟੋ ਪਿੱਛੇ ਕਰ ਤੋਂ ਲਾਉਂਦੇ, ਸਾਡੇ ਵੀਰ ਵੀਰਿੰਦਰ ਗਰੇਵਾਲ ਦੀ ਫੋਟੋ ਆ, ਅਤੇ ਅਸੀਂ ਸਾਰੇ ਵੀਰਾਂ ਨੂੰ ਦਿਲਾਂ ਦੇ ਵਿੱਚ ਉਹਨੂੰ ਜਿਉਂਦਾ ਰੱਖਣ ਦੀ ਖਾਤਰ ਅਸੀਂ ਚਾਹੁੰਦੇ ਹਾਂ, ਉੱਦਾਂ ਦੇ ਵਿੱਚ ਸਾਡੀਆਂ 'ਚ ਜਿਉਂਦਾ ਰਹੇ, ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੀ ਟੀਮ ਨਾਲ ਉੱਦਾਂ ਹੀ ਪਹਿਲਾਂ ਵਾਂਗ ਚੱਲਦਾ ਰਹੇ। ਅਤੇ ਇਹ ਵੀਰ ਨੂੰ ਜੇ ਕੋਈ ਪਛਾਣਦਾ, ਇਹ ਮੋਗੇ ਸਾਈਡ ਤੋਂ ਆਇਆ ਵੀਰ, ਜਿੱਤਵਾਲ ਤੋਂ ਅੱਗੇ ਚੂੜ ਚੱਕ ਦੇ ਨੇੜੇ ਸਾਨੂੰ ਮਿਲਿਆ ਸੀ ਇਹ ਵੀਰ 3 ਤਰੀਕ ਨੂੰ।
ਤੇ ਪਰ ਉਸ ਟਾਈਮ ਅਸੀਂ ਇਸੇ ਕਰਕੇ ਇਹਨੂੰ ਜਗਰਾਉਂ ਛੱਡਤਾ ਸੀ ਵੀ ਸ਼ਾਇਦ ਇਹਦਾ ਪਰਿਵਾਰ ਕੋਈ ਜਗਰਾਉਂ ਹੋਵੇ ਤਾਂ ਬੋਲ ਨਹੀਂ ਹੋ ਰਿਹਾ ਸੀ ਨਾ ਲਿਖ ਪਾਉਂਦਾ ਨਾ ਬੋਲ ਪਾਉਂਦਾ ਨਾ ਸੁਣ ਪਾਉਂਦਾ ਹੁਣ ਇਹ ਦੇਖਣ ਤੋਂ ਵੀ ਅਪਾਹਜ ਹੋ ਚੱਲਿਆ ਵਿਚਾਰਾ ਪਰ ਇਹਦਾ ਹੁਣ ਅਪਡੇਟ ਸਾਡੀ ਸੰਸਥਾ ਵੱਲੋਂ ਸਾਡੀ ਟੀਮ ਵੱਲੋਂ ਕਰਾਇਆ ਜਾਊਗਾ ਇਹਨਾਂ ਚਿੱਟੇ ਮੋਤੀ ਦਾ ਆਪਰੇਸ਼ਨ ਕਰਵਾਉਣਾ ਵਾ ਪਰ ਜੇ ਕੋਈ ਵੀਰ ਇਹਨੂੰ ਪਛਾਣਦਾ ਤਾਂ ਜ਼ਰੂਰ ਸੰਪਰਕ ਕਰੋ ਜੀ ਸਾਡੇ ਦਿੱਤੇ ਹੋਏ ਨੰਬਰ 'ਤੇ ਅਤੇ ਕਿਉਂਕਿ ਇਹ ਵੀਰ ਦੀ ਹਾਲਾਤ ਕਾਫੀ ਮਾੜੇ ਆ ਸਾਨੂੰ ਵੀ ਪ੍ਰੋਪਰ ਸਮਝ ਨਹੀਂ ਆਉਂਦੀ ਪਰ ਇਹਦੇ ਸਾਡੇ ਲਈ ਇੰਨਾ ਹੀ ਬਹੁਤ ਆ ਵੀ ਇਹਦਾ ਪਤਾ ਲੱਗ ਜਾਵੇ ਵੀ ਇਹ ਕੌਣ ਆ ਕਿੱਥੋਂ ਆਇਆ ਸਾਂਭਣ ਲਈ ਸਾਡੀ ਸੰਸਥਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੀ ਨਾਲ ਤਿਆਰ ਵਰ ਤਿਆਰ ਆ ਅਤੇ ਪਰ ਇਹਦਾ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਵੀ ਇਹ ਕੌਣ ਆ ਕਿੱਥੋਂ ਕਿਹੜੇ ਹਾਲਾਤਾਂ 'ਚ ਆਇਆ ਵੀਰ ਅਤੇ ਇਸ ਵੀਰ ਦਾ ਗੁਣੀ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਵੀ ਇਹਨੇ ਸਾਡੇ ਤਿੱਕਰ ਇਹਨੂੰ ਪਹੁੰਚਾਇਆ ਵੀਰ ਨੂੰ ਅਤੇ ਸੰਗਤਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੀਆਂ ਸਾਡੀਆਂ ਇੱਦਾਂ ਪੋਸਟਾਂ ਨੂੰ ਸ਼ੇਅਰ ਕਰਦੇ ਆ ਜਾਂ ਸਾਡੀਆਂ ਜਿਹੜੀਆਂ ਇਸ ਵੱਡੇ ਉਪਰਾਲੇ ਨੂੰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਜਿਹੜਾ ਸ਼ੁਰੂ ਹੋਇਆ ਉਹਨੂੰ ਸਪੋਰਟ ਕਰਦੇ ਆ ਅਤੇ ਸਾਡਾ ਨੰਬਰ ਜਿਵੇਂ ਤੁਸੀਂ ਸਾਰੇ ਜਾਣਦੇ ਹੋ 9810-3000 ਨੰਬਰ ਆ ਜੀ ਉਹਦੇ 'ਤੇ ਸੰਪਰਕ ਕਰਕੇ ਇਹ ਵੀਰ ਬਾਰੇ ਜ਼ਰੂਰ ਸਾਨੂੰ ਦੱਸਿਓ ਅਤੇ ਸਾਡੇ ਭਰਾ ਛੋਟੇ ਵੀਰ ਵੀਰਿੰਦਰ ਗਰੇਵਾਲ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਤੇ ਉਹਦੇ ਪਰਿਵਾਰ 'ਤੇ ਮਿਹਰ ਭਰਿਆ ਹੱਥ ਰੱਖੇ ਸੱਚੇ ਪਾਤਸ਼ਾਹ ਵੀ ਉਹਦੀ ਅਰਦਾਸ ਜ਼ਰੂਰ ਕਰਿਓ ਜੀ ਬਸ ਇੰਨੀ ਬੇਨਤੀ ਕਰਨੀ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ